ਇੱਕ ਵਾਰੀ ਉਹ ਜੂਆ ਖੇਡਦਾ ਖੇਡਦਾ ਹੈ ਨਾ ਜੂਏ ਦੇ ਵਿੱਚ ਜਿੱਤ ਗਿਆ, ਕਿਉਂਕਿ ਆ ਤੁਸੀਂ ਹੁਣ ਦੇਖਿਆ ਨੇ ਮੋਬਾਈਲ ਤੇ ਬਹੁਤ ਸਾਰੀਆਂ ਗੇਮਾਂ ਗੁੰਮ ਆਉਂਦੀਆਂ ਨੇ, ਲਾਟਰੀਆਂ ਪਾਉਂਦੀਆਂ ਨੇ, ਹਨਾ ਇਹਦੇ ਨਾਲ ਆਪਾਂ ਕਰ ਤਾਂ ਲੈਂਦੇ ਹਾਂ ਪਰ ਬਾਅਦ ਦੇ ਵਿੱਚ ਆਪਾਂ ਇਹਦੇ ਚੀਜ਼ ਦੇ ਨਾਲ ਫਸ ਜਾਂਦੇ ਹਾਂਗੇ ਇੱਕ ਤਰੀਕੇ ਨਾਲ। ਇਹ ਨਾ ਇੱਕ ਜਾਲ ਹੁੰਦਾ ਹੈ ਨਾ ਜੂਆ, ਕਹਿੰਦੇ ਸਭ ਤੋਂ ਮਾੜੀ ਬਿਮਾਰੀ ਹੈ ਇਹ, ਪਰਮਾਤਮਾ ਕਿਸੇ ਦੇ ਘਰੇ ਵੀ ਨਾ ਲੈ ਕੇ ਆਉਣੇ ਇਸ ਚੀਜ਼ ਨੂੰ। ਤੇ ਉਹ ਕਹਿੰਦਾ ਵੀ ਮੈਂ ਇਸ ਤਰੀਕੇ ਦੇ ਨਾਲ ਜੂਆ ਖੇਡਦਾ ਰਿਹਾ, ਇੱਕ ਦੋ ਵਾਰੀ ਮੈਂ ਜਿੱਤਿਆ, ਕਹਿੰਦੇ ਫਿਰ ਮੈਨੂੰ ਲਾਲਚ ਹੋ ਗਿਆ ਵੀ ਮੈਂ ਹੋਰ ਜਿੱਤ ਜੂੰਗਾ, ਪਰ ਮਾੜੀ ਕਿਸਮਤ ਕਹਿੰਦੇ ਮਾੜੇ ਕਰਮਾਂ ਦਾ ਫਲ ਹਨਾ ਮਾੜਾ ਹੀ ਹੁੰਦਾ, ਤੇ ਉਹ ਜੂਆ ਹਾਰਦਾ ਗਿਆ ਲੱਖ ਲੱਖ ਰੁਪਏ ਦਾ, ਕਹਿੰਦੇ ਉਹ ਜੂਆ ਖੇਡਦਾ ਰਿਹਾ, ਜੂਆ ਹਾਰਦਾ ਗਿਆ ਹਾਰਦਾ ਗਿਆ, ਆਪਣਾ ਘਰ ਜ਼ਮੀਨ ਜਾਇਦਾਦ ਇੱਥੋਂ ਤੱਕ ਕਿ ਜਿਹੜੇ ਆਪਦੇ ਘਰ ਦੀਆਂ ਕੀਮਤੀ ਚੀਜ਼ਾਂ ਤੀਆਂ ਉਹ ਵੀ ਉਹਨੇ ਜੂਏ ਦੇ ਵਿੱਚ ਹਾਰਤੀਆਂ। ਇੰਨਾ ਡਿਪਰੈਸ਼ਨ ਦੇ ਵਿੱਚ ਚਲਿਆ ਗਿਆ, ਲੋਕਾਂ ਤੋਂ ਫੜ ਫੜ ਕੇ ਹਨਾ ਉਹਨੇ ਪੈਸੇ ਲਗਾ ਤੇ, ਫਿਰ ਜਿਨ੍ਹਾਂ ਨੇ ਪੈਸੇ ਲੈਣੇ ਸੀਗੇ ਉਹ ਹੁਣ ਜਦੋਂ ਬਾਹਰ ਨਿਕਲਦਾ ਸੀਗਾ ਉਸ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀਗੇ। ਤਾਂ ਇਸ ਤਰੀਕੇ ਨਾਲ ਉਸ ਇਨਸਾਨ ਨੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ, ਕਿਉਂਕਿ ਆਪਾਂ ਵੀ ਜਦੋਂ ਹਨਾ ਆਪਣੀ ਔਕਾਤ ਤੋਂ ਜ਼ਿਆਦਾ ਖਰਚਾ ਹੀ ਕਰਦੇ ਹਾਂ ਫਿਰ ਆਪਾਂ ਡਿਪਰੈਸ਼ਨ ਦੇ ਵਿੱਚ ਜਾਂਦੇ ਹਾਂ, ਖੁਦਕੁਸ਼ੀਆਂ ਕਰਦੇ ਹਾਂ। ਇਹਦੇ ਨਾਲੋਂ ਬਿਹਤਰ ਹੈ ਕਿ ਆਪਾਂ ਘੱਟ ਖਾ ਲਓ, ਘੱਟ ਪਹਿਨ ਲਓ ਹਨਾ, ਤਾਂ ਕਿ ਵਾਹਿਗੁਰੂ ਜੀ ਦੇ ਕਿਰਪਾ ਦੇ ਨਾਲ ਆਪਣੀ ਆਈ ਚਲਾਈ ਚੱਲੀ ਜਾਵੇ। ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਵੀ ਸੀਮਤ ਰੱਖੋ। ਜ਼ਿਆਦਾਤਰ ਡਿਪਰੈਸ਼ਨ ਦੇ ਵਿੱਚ ਜਾਣ ਦਾ ਕਾਰਨ ਇਹੀ ਹੁੰਦਾ ਕਿਉਂਕਿ ਆਪਾਂ ਜ਼ਰੂਰਤ ਜ਼ਿਆਦਾ ਰੱਖ ਲੈਂਦੇ ਤੇ ਪੂਰੀ ਨਹੀਂ ਹੁੰਦੀ ਤੇ ਆਪਾਂ ਉਸ ਟਾਈਮ ਡਿਪਰੈਸ਼ਨ ਚ ਚਲੇ ਜਾਂਦੇ ਹਾਂ। ਇਸ ਤਰੀਕੇ ਨਾਲ ਉਹ ਵੀ ਡਿਪਰੈਸ਼ਨ ਦੇ ਵਿੱਚ ਰਹਿਣ ਲੱਗਿਆ ਤੇ ਸਾਰਾ ਸਾਰਾ ਦਿਨ ਅੰਦਰ ਪਏ ਰਹਿਣਾ, ਸੁੱਤੇ ਨਾ ਉੱਠਣਾ, ਕਿਉਂਕਿ ਜਦੋਂ ਆਪਣੇ ਦਿਮਾਗ ਤੇ ਟੈਨਸ਼ਨ ਹੁੰਦੀ ਹੈ ਤਾਂ ਆਪਾਂ ਨੂੰ ਕੁਛ ਵੀ ਚੰਗਾ ਨਹੀਂ ਲੱਗਦਾ, ਖਾਣਾ ਪੀਣਾ ਸਭ ਕੁਛ ਆਨਾ ਭੁੱਲ ਗਿਆ, ਬੱਚੇ ਵੀ ਉਹ ਤੋਂ ਦੂਰ ਹੋ ਗਏ, ਪਤਨੀ ਵੀ ਦੂਰ ਹੋ ਗਈ। ਦੇਖੋ ਇੱਕ ਤਾਂ ਇਹ ਹੁੰਦਾ ਵੀ ਇਹਨੇ ਸਾਰਾ ਘਰ ਬਰਬਾਦ ਕਰਤਾ, ਦੇਖੋ ਔਖੇ ਸਮੇਂ ਦੇ ਵਿੱਚ ਕੋਈ ਮਦਦ ਨਹੀਂ ਕਰਦਾ ਹੁੰਦਾ, ਚਾਹੇ ਜਿੰਨਾ ਮਰਜ਼ੀ ਕੋਈ ਕਲੋਜ਼ ਹੈਗਾ, ਸਭ ਪਾਸਾ ਵੱਟ ਲੈਂਦੇ ਨੇਗੇ ਤੇ ਰਿਸ਼ਤੇਦਾਰਾਂ ਨੇ ਵੀ ਹੌਲੀ ਹੌਲੀ ਮੂੰਹ ਮੋੜ ਲਿਆ, ਭੈਣ ਭਰਾਵਾਂ ਨੇ ਸਾਰਿਆਂ ਨੇ ਉਹ ਤੋਂ ਮੂੰਹ ਮੋੜ ਲਿਆ ਤੇ ਉਹ ਹੋਰ ਡਿਪਰੈਸ਼ਨ ਚ ਚਲਿਆ ਗਿਆ। ਇੱਕ ਦਿਨ ਉਹਦੀ ਸੱਸ ਦਾ ਫੋਨ ਆਇਆ ਤੇ ਜਦੋਂ ਉਹਦੀ ਧੀ ਨੇ ਦੱਸਿਆ, ਮਤਲਬ ਕਿ ਉਹਦੀ ਪਤਨੀ ਨੇ ਆਪਦੀ ਮਾਂ ਨੂੰ ਵੀ ਏਦਾਂ ਏਦਾਂ ਹਨਾ ਮੇਰੇ ਪਤੀ ਦੀ ਆਹ ਗੱਲ ਹੈਗੀ, ਕਿਉਂਕਿ ਕਹਿੰਦੇ ਨੇ ਜਦੋਂ ਦੁੱਖ ਹੋਵੇ ਉਦੋਂ ਕੰਧਾਂ ਕੋਲ ਵੀ ਰੋ ਲਈਦਾ ਹੁੰਦਾ ਹੈਗਾ ਨਾ। ਚਲੋ ਵਾਹਿਗੁਰੂ ਜੀ ਦੇ ਚਰਨੀ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਤਾਂ ਉਹ ਦੁੱਖ ਘੱਟ ਫੀਲ ਹੁੰਦੇ ਆ ਹਨਾ, ਚਲੋ ਹੁੰਦਾ ਸਭ ਨੂੰ ਹੈਗਾ ਪਰ ਘੱਟ ਫੀਲ ਹੁੰਦਾ, ਵਾਹਿਗੁਰੂ ਤੇ ਭਰੋਸਾ ਹੁੰਦਾ ਵੀ ਇੱਕ ਦਿਨ ਵਾਹਿਗੁਰੂ ਜੀ ਮੈਨੂੰ ਜ਼ਰੂਰ ਠੀਕ ਕਰਨਗੇ। ਤਾਂ ਉਹਨੇ ਜਦੋਂ ਆਪਦੀ ਮਾਂ ਨੂੰ ਦੱਸਿਆ, ਉਹਦੀ ਪਤਨੀ ਨੇ, ਤਾਂ ਉਹਦੀ ਮਾਂ ਸੀਗੀ ਜਿਹੜੀ ਉਹ ਗੁਰੂ ਘਰ ਦੀ ਮਤਲਬ ਕਿ ਸ਼ਰਧਾਲੂ ਸੀ, ਗੁਰੂ ਘਰ ਜਾਂਦੀ ਹੁੰਦੀ ਸੀ, ਕਿਸੇ ਵੀ ਧੀ ਦਾ ਦੁੱਖ ਮਾਂ ਬਾਪ ਨਹੀਂ ਝੱਲ ਸਕਦੇ, ਤਾਂ ਉਸਨੇ ਆਪਣੇ ਜਮਾਈ ਨਾਲ ਗੱਲ ਕੀਤੀ ਤੇ ਕਿਹਾ ਵੀ ਪੁੱਤ ਮੈਂ ਤੈਨੂੰ ਜੇ ਇੱਕ ਗੱਲ ਕਹਾਂ ਤੂੰ ਮੰਨੇਗਾ? ਤੇ ਪਹਿਲਾਂ ਤਾਂ ਉਹ ਜਿਹੜਾ ਜੂਏ ਦੇ ਵਿੱਚ ਸਾਰਾ ਕੁਝ ਹਾਰਿਆ ਤੇ ਉਹ ਕਹਿੰਦਾ ਵੀ ਨਹੀਂ, ਵੀ ਮੈਂ ਕਿਸੇ ਨੂੰ ਚੰਗਾ ਨਹੀਂ ਸਮਝਦਾ ਦੀ, ਕਿਉਂਕਿ ਜਦੋਂ ਬੰਦਾ ਡਿਪਰੈਸ਼ਨ ਦੇ ਵਿੱਚ ਹੁੰਦਾ ਉਹ ਕਿਸੇ ਨੂੰ ਆਪਦਾ ਦੋਸਤ ਨਹੀਂ ਸਮਝਦਾ। ਕਹਿੰਦੇ ਫਿਰ ਮੈਂ ਆਖਿਆ ਵੀ ਚਲੋ ਜੀ ਦੱਸੋ ਕੀ ਗੱਲ ਕਹਿਣੀ ਚਾਹੁੰਦੇ ਹੋ ਤੁਸੀਂ? ਉਹ ਕਹਿੰਦੀ ਵੀ ਪੁੱਤ ਸਵੇਰੇ ਕਥਾ ਆਉਂਦੀ ਹੈ। ਤਾਂ ਉਹ ਕਹਿੰਦੀ ਪੁੱਤ ਤੂੰ ਸਵੇਰੇ ਕਥਾ ਆਉਂਦੀ ਹੈ, ਸ਼ਾਮ ਨੂੰ ਕਥਾ ਆਉਂਦੀ ਹੈ, ਤੂੰ ਨਾ ਕਥਾ ਸੁਣਿਆ ਕਰ ਟੀਵੀ ਲਾ ਕੇ। ਉਹ ਕਹਿੰਦੇ ਪਹਿਲਾਂ ਤਾਂ ਵੀ ਮੈਨੂੰ ਲੱਗਿਆ ਵੀ ਕੀ ਹੈ ਇਹ, ਕਹਿੰਦੇ ਫਿਰ ਵੀ ਮੈਂ ਬੈਠੇ ਬੈਠੇ ਨੇ ਆਖਿਆ ਵੀ ਹੋਰ ਕਿਹੜਾ ਕੋਈ ਕੰਮ ਹੈ, ਮੈਂ ਬਾਹਰ ਨਹੀਂ ਜਾ ਸਕਦਾ ਕਿਉਂਕਿ ਬਾਹਰ ਲੈਣ ਦੇ ਨਾਲ ਮੈਨੂੰ ਬਹੁਤ ਤੰਗ ਕਰਦੇ ਸੀਗੇ, ਤੇ ਉਹ ਟੀਵੀ ਲਗਾ ਕੇ ਕਹਿੰਦੇ ਮੈਂ ਸੁਣਨ ਲੱਗ ਗਿਆ। ਬਾਕੀ ਵਾਹਿਗੁਰੂ ਨੇ ਜਦੋਂ ਕਿਸੇ ਨੂੰ ਤਾਰਨਾ ਹੁੰਦਾ ਹੈ ਨਾ ਆਪਣੇ ਆਪ ਆਪਣੇ ਚਰਨਾਂ ਦੇ ਵਿੱਚ ਜੋੜ ਹੀ ਲੈਂਦੇ ਨੇਗੇ, ਤੇ ਉਹ ਕਥਾ ਸੁਣਨ ਲੱਗ ਗਿਆ। ਤੇ ਕਥਾ ਸੁਣਦੇ ਸੁਣਦੇ ਕਦੇ ਵੀ ਤੁਸੀਂ ਅਜਮਾ ਕੇ ਦੇਖ ਲਿਓ, ਤੁਹਾਡਾ ਹਨਾ ਮਨ ਬੇਚੈਨ ਹੋਵੇ, ਕਿਸੇ ਵੀ ਗੱਲ ਤੋਂ ਪਰੇਸ਼ਾਨੀ ਹੋਵੇ, ਤੁਹਾਨੂੰ ਇਹ ਹੋਵੇ ਵੀ ਮੈਨੂੰ ਇਸ ਗੱਲ ਦਾ ਹਨਾ ਨਤੀਜਾ ਨਹੀਂ ਮਿਲ ਰਿਹਾ, ਤੁਸੀਂ ਗੁਰੂ ਘਰ ਜਾਵੋ, ਜਾਂ ਤੁਸੀਂ ਘਰੇ ਹਨਾ ਕਥਾ ਸੁਣਦੇ ਹੋ, ਜਾਂ ਤੁਸੀਂ ਕਿਸੇ ਗੁਰੂ ਸਿੱਖ ਦੀ ਹਨਾ ਮਤਲਬ ਕਿ ਵੀਡੀਓ ਲਗਾ ਲਓ, ਤਾਂ ਤੁਹਾਨੂੰ ਇਹ ਲੱਗੇਗਾ ਵੀ ਤੁਸੀਂ ਜਿਹੜਾ ਉਹ ਗੱਲ ਕਰ ਰਹੇ ਨੇ ਵੀ ਉਹ ਤੁਹਾਡੇ ਹੀ ਸਵਾਲਾਂ ਦੇ ਜਵਾਬ ਦੇ ਰਹੇ ਨੇ। ਕਿਉਂਕਿ ਜਦੋਂ ਆਪਾਂ ਮਨ ਦੇ ਵਿੱਚੋਂ ਅਰਦਾਸਾਂ ਕਰਦੇ ਹਾਂ ਦੁਖੀ ਹੁੰਦੇ ਹਾਂ ਤਾਂ ਆਪਾਂ ਨੂੰ ਕੋਈ ਨਾ ਕੋਈ ਰਸਤਾ ਵਾਹਿਗੁਰੂ ਜੀ ਜ਼ਰੂਰ ਦਿਖਾਉਂਦੇ ਨੇ। ਉਹ ਕਹਿੰਦੇ ਨੇ, ਕਹਿੰਦੇ ਜੇ ਰੱਬ ਇੱਕ ਰਸਤਾ ਬੰਦ ਕਰ ਦਿੰਦਾ ਤਾਂ ਚਾਰ ਖੋਲ ਦਿੰਦਾ ਹਨਾ, ਜੇ ਅਗਰ ਤੁਹਾਨੂੰ ਗੁਰੂ ਸਾਹਿਬਾਂ ਤੇ ਭਰੋਸਾ ਤਾਂ।
ਕਿਉਂਕਿ ਜਦੋਂ ਆਪਾਂ ਮਾੜੇ ਕਰਮਾਂ ਦੇ ਵਿੱਚ ਫਸ ਜਾਂਦੇ ਹਾਂ, ਦੁੱਖਾਂ ਦੇ ਵਿੱਚ ਫਸ ਜਾਂਦੇ ਹਾਂ, ਉੱਥੋਂ ਸਿਰਫ ਆਪਾਂ ਨੂੰ ਗੁਰੂ ਸਾਹਿਬ ਹੀ ਕੱਢ ਸਕਦੇ ਨੇ, ਹੋਰ ਕੋਈ ਨਹੀਂ ਕੱਢ ਸਕਦਾ। ਤੁਸੀਂ ਜਿੰਨੇ ਮਰਜ਼ੀ ਹੱਥ ਪੈਰ ਮਾਰ ਲਿਓ। ਦੇਖੋ ਉਸ ਕਹਿੰਦਾ ਵੀ ਜਦੋਂ ਮੈਂ ਕਥਾ ਸੁਣਨ ਲੱਗਿਆ ਤਾਂ ਮੈਨੂੰ ਇੱਦਾਂ ਲੱਗਿਆ ਵੀ ਇਹ ਸਿਰਫ ਮੇਰੇ ਵਾਸਤੇ ਹੀ ਹੈ, ਕਿਉਂਕਿ ਕਥਾ ਦੇ ਵਿੱਚ ਵੀ ਉਸੇ ਦਿਨ ਗੁਰੂ ਸਾਹਿਬਾਂ ਨੇ ਇੱਕ ਜੁਆਰੀ ਦੀ ਹੀ ਕਥਾ ਆਈ ਕਿ ਕਿਸ ਤਰੀਕੇ ਨਾਲ ਉਸਨੇ ਜੂਏ ਦੇ ਵਿੱਚ ਸਭ ਕੁਛ ਹਾਰਿਆ। ਕਹਿੰਦੇ ਮੈਨੂੰ ਲੱਗਿਆ ਵੀ ਮੈਨੂੰ ਹੀ ਕਹਿ ਰਹੇ। ਕਹਿੰਦੇ ਮੈਂ ਬਹੁਤ ਰੋਇਆ ਕੁਰਲਾਇਆ ਵੀ ਮੈਨੂੰ ਆਪਦੀ ਜਿਹੜੀ ਚੱਲ ਕੇ ਕੀਤਾ ਸੀਗਾ ਮੈਂ ਹਨਾ ਉਸੇ ਤਰੀਕੇ ਨਾਲ, ਕਹਿੰਦਾ ਮੇਰੀ ਦਿਮਾਗ ਦੇ ਵਿੱਚੋਂ ਰੀਲ ਚੱਲਣ ਲੱਗ ਗਈ, ਫਿਲਮ ਚੱਲਣ ਲੱਗ ਗਈ ਵੀ ਮੈਂ ਵੀ ਇਸੇ ਤਰੀਕੇ ਨਾਲ ਸਾਰਾ ਘਰ ਬਾਰ ਬਰਬਾਦ ਕੀਤਾ, ਇਸੇ ਤਰੀਕੇ ਨਾਲ ਮੈਂ ਸਾਰਾ ਕੁਛ ਹਾਰਿਆ। ਕਿਉਂਕਿ ਨਸ਼ਿਆਂ ਦੇ ਵਿੱਚ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਹਨਾ ਭੈਣ ਭਰਾ ਵੀਰ ਕਿੰਨੇ ਫਸੇ ਹੋਏ ਨੇ, ਲੜਕੀਆਂ ਵੀ ਨਸ਼ਿਆਂ ਦੇ ਵਿੱਚ ਫਸ ਚੁੱਕੀਆਂ ਨੇਗੀਆਂ, ਆਪਦੇ ਘਰ ਦਾ, ਆਪਦੇ ਬੱਚਿਆਂ ਦਾ, ਆਪਦੀ ਪਤਨੀ ਦਾ, ਆਪਣੇ ਮਾਂ ਬਾਪ ਦਾ ਬੁਢੇਪਾ ਹਨਾ ਰੋਲ ਰਹੇ ਹੋਗੇ। ਵੀਰੋ ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਕਿ ਇਹ ਜ਼ਿੰਦਗੀ ਤੁਹਾਨੂੰ ਵਾਹਿਗੁਰੂ ਜੀ ਨੇ ਹਨਾ ਤੁਹਾਨੂੰ ਪ੍ਰਧਾਨ ਬਣਾਇਆ, ਤੁਹਾਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਵਾਹਿਗੁਰੂ ਜੀ ਨੇ। ਦੇਖੋ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਹਾਂ, ਇਸ ਛੋਟੀ ਭੈਣ ਦੀ ਗੱਲ ਮੰਨ ਕੇ ਤੁਸੀਂ ਨਸ਼ਿਆਂ ਤੋਂ ਕਰ ਦੋ, ਕਿਉਂਕਿ ਜਿਹੜੇ ਆਪਣੇ ਦੇਸ਼ ਦੇ ਗੱਭਰੂ ਨੇ ਹਨਾ ਉਹ ਤਾਂ ਵਿਦੇਸ਼ਾਂ ਤੱਕ ਉਹਨਾਂ ਦੇ ਚਰਚੇ ਨੇ ਕਿ ਇੰਨੇ ਸੋਹਣੇ, ਇੰਨੇ ਤਕੜੇ ਤੇ ਇੰਨੇ ਸਿਆਣੇ ਨੇ, ਪਰ ਤੁਸੀਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਆਪਦੀ ਜ਼ਿੰਦਗੀ ਬਰਬਾਦ ਕਰ ਰਹੇ ਹੋਗੇ। ਦੇਖੋ ਤੇ ਉਸਨੇ ਵੀਰ ਨੂੰ ਹਨਾ ਲੱਗਿਆ ਵੀ ਇਹ ਸਾਰੀ ਗੱਲ ਗੁਰੂ ਸਾਹਿਬ ਮੈਨੂੰ ਹੀ ਕਹਿ ਰਹੇ ਨੇ। ਕਹਿੰਦੇ ਮੇਰੇ ਮਨ ਤੇ ਇੰਨੀ ਸੱਟ ਲੱਗੀ ਤੇ ਹੌਲੀ ਹੌਲੀ ਕਹਿੰਦੇ ਕਈ ਦਿਨ ਮੈਂ ਕਥਾ ਸੁਣਦਾ ਰਿਹਾ, ਮੇਰੇ ਮਨ ਨੂੰ ਇੰਨਾ ਜ਼ਿਆਦਾ ਸਕੂਨ ਮਿਲਿਆ। ਕਹਿੰਦੇ ਮੈਨੂੰ ਇੱਦਾਂ ਲੱਗੇ ਵੀ ਗੁਰੂ ਸਾਹਿਬ ਅਗਰ ਮੈਨੂੰ ਹੁਣ ਮਿਲ ਜਾਣ ਤਾਂ ਮੈਂ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਮਾਫੀ ਮੰਗਾਂ। ਕਹਿੰਦੇ ਮੈਂ ਆਪਦੇ ਪਰਿਵਾਰ ਨੂੰ ਬੁਲਾਇਆ ਤੇ ਮੇਰੇ ਪਰਿਵਾਰ ਨੇ ਵੀ ਮੇਰੇ ਤੇ ਯਕੀਨ ਨਾ ਕੀਤਾ, ਕਿਉਂਕਿ ਯਕੀਨ ਕਰਨਾ ਬਹੁਤ ਔਖਾ ਜਦੋਂ ਇੱਕ ਵਾਰੀ ਖੋਇਆ ਜਾਂਦਾ ਹੈਗਾ। ਉਸ ਤਰੀਕੇ ਦੇ ਨਾਲ ਮੈਂ ਡੇਲੀ ਕਹਿੰਦਾ ਵੀ ਪਾਠ ਕਰਦਾ ਰਿਹਾ, ਹੌਲੀ ਹੌਲੀ ਵਾਹਿਗੁਰੂ ਜੀ ਨੇ ਮੇਰੇ ਕੰਮ ਦੇ ਵਿੱਚ ਬਰਕਤ ਪਾਈ ਤੇ ਮੈਨੂੰ ਇਸ ਗੰਦੀ ਆਦਤ ਤੋਂ ਹਟਾ ਕੇ ਆਪਦੇ ਚਰਨਾਂ ਦੇ ਨਾਲ ਜੋੜਿਆ ਤੇ ਮੈਂ ਗੁਰਸਿੱਖ ਬਣਿਆ। ਵਾਹਿਗੁਰੂ ਜੀ ਨੇ ਫਿਰ ਜਦੋਂ ਵੀ ਮੈਨੂੰ ਮਤਲਬ ਕਿ ਮੇਰੇ ਰੁਜ਼ਗਾਰ ਵਿੱਚ ਤਰੱਕੀ ਬਖਸ਼ੀ ਤਾਂ ਮੈਂ ਜਿਨ੍ਹਾਂ ਦਾ ਲੈਣ ਦੇਣ ਸੀਗਾ ਉਹ ਵੀ ਦਿੱਤਾ ਤੇ ਆਪਦੇ ਬੱਚਿਆਂ, ਆਪਦੀ ਪਤਨੀ ਦੇ ਨਾਲ ਮਿਲ ਕੇ ਤੇ ਮੈਂ ਆਪਣੀ ਸੱਸ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ। ਕਿਉਂਕਿ ਕਹਿੰਦੇ ਨੇ ਕਹਿੰਦੇ ਕੋਈ ਨਾ ਕੋਈ ਵਿੱਚ ਗੁਰਸਿੱਖ, ਕੋਈ ਨਾ ਕੋਈ ਵਿੱਚ ਵਿਚੋਲਾ ਮਿਲਦਾ ਜਦੋਂ ਗੁਰੂ ਨੂੰ ਮਿਲਾਉਂਦਾ ਹੈਗਾ ਤਾਂ ਉਹਦਾ ਹਨਾ ਕਹਿੰਦੇ ਹੁੰਦੇ ਨੇ ਕਹਿੰਦੇ ਅਹਿਸਾਨ ਕਦੇ ਨੀ ਭੁੱਲਣਾ ਚਾਹੀਦਾ ਹੈਗਾ। ਕੋਈ ਵੀ ਆਪਣੇ ਵਿੱਚ ਨਾ ਜ਼ਿੰਦਗੀ ਦੇ ਵਿੱਚ ਆਪਣੇ ਤੇ ਅਹਿਸਾਨ ਕਰਦਾ ਗਾ ਉਹਨੂੰ ਕਦੇ ਨਾ ਭੁੱਲੋ। ਦੇਖੋ ਉਹ ਆਪਦੀ ਸੱਸ ਦੇ ਜ਼ਰੀਏ ਗੁਰੂ ਸਾਹਿਬਾਂ ਨਾਲ ਮਿਲਿਆ ਤੇ ਉਹਦਾ ਜਿਹੜਾ ਵੀ ਹੈਗੇ ਸੀ ਮਾੜੇ ਕਰਮ ਕੱਟੇ ਗਏ ਤੇ ਵਾਹਿਗੁਰੂ ਜੀ ਨੇ ਉਹਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ। ਤੁਸੀਂ ਵੀ ਜਦੋਂ ਵੀ ਕਿਸੇ ਮੁਸੀਬਤ ਦੇ ਵਿੱਚ ਹੋਵੋ, ਕਦੇ ਵੀ ਤੁਹਾਨੂੰ ਇਹ ਲੱਗੇ ਵੀ ਹੁਣ ਸਾਨੂੰ ਕੋਈ ਰਸਤਾ ਨਹੀਂ, ਕਦੇ ਵੀ ਹਨਾ ਇਹ ਨਾ ਸੋਚਿਆ ਕਰੋ ਵੀ ਅਸੀਂ ਖੁਦਕੁਸ਼ੀ ਕਰ ਲਈਏ ਜਾਂ ਮੈਂ ਜ਼ਿੰਦਗੀ ਦੇ ਵਿੱਚ ਕੁਛ ਕਰ ਨਹੀਂ ਸਕਦਾ, ਤਾਂ ਉਸ ਟਾਈਮ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਮੇਰੀਆਂ ਇਸ ਗਲਤੀਆਂ ਤੋਂ ਮੈਨੂੰ ਬਚਾ ਕੇ ਰੱਖਿਓ, ਕਿਉਂਕਿ ਵਾਹਿਗੁਰੂ ਜੀ ਹੀ ਇਸ ਤੁਹਾਨੂੰ ਬਚਾਉਣ ਵਾਲੇ ਨੂੰ, ਕਿਉਂਕਿ ਭਵ ਸਾਗਰ ਦੇ ਵਿੱਚ ਜਦੋਂ ਫਸੇ ਹੁੰਦੇ ਹਾਂ ਨਾ ਆਪਾਂ ਤਾਂ ਇੱਕ ਵਾਹਿਗੁਰੂ ਜੀ ਨੇ ਇਹ ਜਿਹੜੇ ਤੁਹਾਨੂੰ ਕੱਢਣਗੇ। ਇਸ ਗੱਲ ਤੇ ਯਕੀਨ ਕਰਕੇ ਦੇਖਿਓ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਕੋਈ ਦੁਵਿਧਾ ਹੋਈ ਤਾਂ ਤੁਸੀਂ ਗੁਰਦੁਆਰਾ ਸਾਹਿਬ ਜਦੋਂ ਸਵੇਰੇ ਹੁਕਮਨਾਮਾ ਮਿਲਦਾ, ਸ਼ਾਮ ਨੂੰ ਵੀ ਹੁਕਮਨਾਮਾ ਆਉਂਦਾ, ਜਾਂ ਤੁਸੀਂ ਕਥਾ ਸੁਣਦੇ ਹੋ ਉਹਦੇ ਵਿੱਚ ਦੇਖਿਓ ਤੁਹਾਨੂੰ ਵਾਹਿਗੁਰੂ ਜੀ ਹਰੇਕ ਸਵਾਲ ਦਾ ਜਵਾਬ ਦੇਣਗੇ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਸਭ ਤੋਂ ਪਹਿਲਾਂ ਮੈਂ ਮਾਫੀ ਮੰਗੀ ਸੀ ਤੇ ਦੁਬਾਰਾ ਵੀ ਮੰਗਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।